हाँ जी सत श्री अकाल जी सारे भरावां नूं जी अज तुहानूं फिर मिलाउणा जी बूटा सिंह मिस्त्री नूं जी ते जौंडियार बारे पुछदे आं जी 5310 LT जिहड़ा बहुत वधिया कहिंदे बहुत घट तेल खांदे आ जी उहदे बारे जानकारी लैणी आ जौंडियार बारे ते वीडियो जरूर देखियो मेरे भरा सारे आओ जी दशमेश ट्रैक्टर वर्कशॉप बूटा सिंह घूमण वाले एड्रैस सारा है जी लो जी शायद काम करिए मिस्त्री जी सत श्रीकाल मिस्त्री जी की हाल चाल ने जी जौंडी अदा करिए ना जी फिर जी के मॉडल है ट्राई सत मॉडल LTI ओही है LTI जी कहते तेल बड़ा घट खाते थे LTI तो बाद आया LTI नहीं खरे ये भी मॉडल बहुत कामयाब रहे ने हैं पी टाइप नोजल ये नोजलों का की फर्क होता है पिस्टन पुस्टन में फर्क है ता लो जी दिखाने जी शायद टाइम सेट कर दो टाइम सेट हैं अच्छा निशान ही तो टाइम वाले थे टाइम के निशान होते नहीं थे सात मॉडल है LTI नहीं है लगता उदा जी मैं LTI हूँ IT हूँ LT ਇਹਦਾ ਟਾਈਮ ਸੈੱਟ ਕਰੀ ਜਾਂਦੇ ਆ ਜੀ ਇਹਦਾ ਕੰਮ ਕਰਿਆਗਾ ਇਹਦੀ ਨੋਜ਼ਲ ਹੁੰਦੀ ਆ ਪੀ ਟਾਈਪ ਤੇ ਇਹਦੇ ਪਿਸਟਨ ਕਿਹੜੇ ਆ ਪੀ ਟਾਈਪ ਸਪੈਸ਼ਲ ਹੁੰਦੇ ਨੇ ਇਹ ਸਪੈਸ਼ਲ ਹੀ ਹੁੰਦੇ ਆ ਰਿਕਾਰਡੋ ਪਿਸਟਨ ਹੁੰਦਾ ਜੀ ਰਿਕਾਰਡੋ ਦਾ ਪਿਸਟਨ ਹੁੰਦਾ ਇਹ ਚ ਠੀਕ ਆ ਜੀ ਇਹਦੇ ਕੋਈ ਨਿਸ਼ਾਨ ਨਹੀਂ ਹੁੰਦਾ ਇਹਦੇ ਕੋਈ ਨਿਸ਼ਾਨ ਨਹੀਂ ਇਹਦੇ ਗਰਾਰੀ ਦੇ ਬਿਲਕੁਲ ਦਿਮਾਗ ਨਾਲ ਹੀ ਪਾਉਣਾ ਪੈਂਦਾ ਫਿਰ ਥਿਓਰੀ ਮੁਤਾਬਕ ਕੰਪਨੀ ਥਿਓਰੀ ਮੇਕਅਪ ਕੰਪਨੀ ਮਤਲਬ ਉਹ ਜਿਹੜੇ ਪਹਿਲਾਂ ਜਾਉਂਦੀ ਆ ਨਹੀਂ ਹੋਰ ਟਰੈਕਟਰ ਦੇ ਹੁੰਦੇ ਆ ਸੌਖਾ ਹੋ ਜਾਂਦਾ ਕੰਮ ਤਕਰੀਬਨ ਮੰਨ ਕੇ ਚਲੋ ਵੀ ਆਹ ਕਰਾਰੀਆਂ ਦੀ ਮਿਹਨਤ ਆ ਸਾਰਾ ਸਟਾਕ ਇੰਜਨ ਦਾ ਬਣਨਾ ਵੀ ਜ਼ੋਰ ਮਾਰਨਾ ਜਾਂ ਨਹੀਂ ਮਾਰਨਾ ਪਿਸਟਮ ਦੀ ਸਹੀ ਤੜ ਬਣੀ ਜਾਂ ਨਹੀਂ ਬਣੀ ਇਹ ਤੇ ਆ ਗਿਆ ਸਾਰਾ ਕੁਛ ਠੀਕ ਹੈ ਠੀਕ ਹੈ ਅੱਜ ਆਏ ਸੀ ਮੈਂ ਵਰਕਸ਼ਾਪ 'ਚ ਬਣਾ ਦਈਏ ਟਾਈਪਟਾਂ ਬੜੀਆਂ ਪਤਲੀਆਂ ਜਿਹੀਆਂ ਲੱਗਦੀਆਂ ਜੀ ਕਿ ਨਹੀਂ ਬੋਨ ਸਟੀਲ ਹੈ ਹੈ ਬੋਰਨ ਸਟੀਲ ਸਪੈਸ਼ਲ ਲੋਹਾ ਆਮ ਲੋਹਾ ਨਹੀਂ ਹੁੰਦਾ ਇਹ ਆਮ ਲੋਹਾ ਨਹੀਂ ਹੈਗਾ ਜੌਂਡੀਅਰ ਦਾ ਇਹ ਹਾਂ ਆ ਦੇਖੋ ਜੀ ਐਦਾਂ ਟਾਈਮ ਸੈੱਟ ਹੁੰਦਾ ਤੁਹਾਨੂੰ ਦਿਖਾਉਨੇ ਆ ਬਰੀਕੀ ਨਾਲ ਤੇ ਇੱਥੋਂ ਪਤਾ ਲੱਗੂ ਕੁਛ ਹੋਣੇ ਦਾ ਟੈਪਟਾਂ ਤੋਂ ਟੈਪ ਤੋਂ ਨਹੀਂ ਹੋਣਾ ਜੇ ਟੈਪਟਾਂ ਦਾ ਲੱਗੂ ਟਾਈਮ ਸੈੱਟ ਹੋ ਗਿਆ ਜਾਂ ਨਹੀਂ ਹੋਇਆ ਇੰਜਨ ਕਰਿਆ ਸਾਰੇ ਦਾ ਆਲ ਓਵਰ ਡੀਜ਼ਲ ਪੰਪ ਵੀ ਨਾਲ ਹੀ ਹਾਂ ਸਾਰਾ ਹੋਇਆ ਅੱਛਾ ਕਪੈਂਟ ਤੇ ਕਿਹੜੇ ਲੱਗਦਾ ਨਹੀਂ ਇਹ ਅੱਛਾ ਕਪੈਂਟ ਤੋਂ ਲਾ ਕੇ ਲਿਆਂਦਾ ਰੇਤਾ ਰੂਤਾ ਤਾਂ ਨਹੀਂ ਖਿਚਾਇਆ ਕਿਤੇ ਹੈ ਰੇਤਾ ਖਿੱਚ ਗਿਆ ਫਿਰ ਠੀਕ ਹੈ ਜਿਹੜਾ ਸੀਜ਼ਨ ਇਸੇ ਜੀ ਲੱਗ ਗਿਆ ਮੰਨ ਕੇ ਚੱਲ ਇਹ ਕੋਈ ਇੱਦਾਂ ਤਾਂ ਨਹੀਂ ਹੁੰਦਾ ਵੀ ਕੋਈ ਵਿੱਚ ਟੈਪਟਾਂ ਦਾ ਕਿ ਇਹਨਾਂ ਦਾ ਨੰਬਰ ਹੁੰਦਾ ਵੀ ਇੰਨੀ ਕਸੀਆਂ ਜਾਣਗੀਆਂ ਕਿ ਆਪਦੇ 12-15 ਹੁੰਦੇ ਮਤਲਬ 1000 ਦੇ ਵਿੱਚ ਹੁੰਦੀ ਹੈ 1000 ਠੀਕ ਹੈ ਜੀ ਮੱਥਾ ਮਾਰੀ ਜਾਂਦੇ ਪੂਰਾ ਜੀ ਹੋਰ ਵੀ ਇਹਦੇ ਬਾਰੇ ਪੁੱਛਾਂ ਖਾਸੀਅਤ ਬਾਰੇ ਵੀ ਲਿਫਟ ਜਾਉਂਦੀ ਯਾਰ ਜੀ 5310 ਦੀ ਕਿੱਦਾਂ ਦੀ ਆ ਫਿਰ ਇਹਨਾਂ ਨੂੰ ਮਿਸਤਰੀ ਨੂੰ ਟਾਈਮ ਸੈੱਟ ਕਰ ਲੈਂਦੇ ਫਿਰ ਸਾਰੇ ਕੁਝ ਪੁੱਛਾਂਗੇ ਚੱਲੀ ਜਾਂਦਾ ਕੰਮ ਪਾਨਾ ਪਾਈ ਪਿਆ ਹੁੰਦਾ ਪਤੰਦਰ ਟਰੈਕਟਰ ਤਕੜੇ ਬਹੁਤ ਹੈ ਪਹਿਲਾਂ ਹੁਣ ਆਇਆ ਨਾ ਤਕੜੇ ਹੈ ਇਹ ਮੰਨਣਾ ਬੋ ਜਿਹੜਾ ਇਹ ਪੁਰਾਣੀ ਜੌਂਡੀ ਯਾਰ ਬਹੁਤ ਕਾਮਯਾਬ ਟਰੈਕਟਰ ਨੇ ਥੋੜ੍ਹਾ ਇਹਨਾਂ ਤੋਰੇ ਦੀ ਐਡਜਸਟਮੈਂਟ ਹੈ ਕਿ ਹੋ ਜਾਂਦਾ ਸੈੱਟ ਵੀ ਜਿਹੜਾ ਦੂਜੇ ਗੇਅਰ ਦੀ ਗਰਾਰੀ ਥੋੜ੍ਹੀ ਵੱਡੀ ਪੈ ਜਾਂਦੀ ਆ ਹੈਂ ਵੱਡੀ ਕਿ ਛੋਟੀ ਕਰਨੀ ਪੈਂਦੀ ਗਰਾਰੀ ਛੋਟੀ ਕਰਨੀ ਪੈਂਦੀ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਖੋਲ ਲਈਆਂ ਟੈਪਟਾਂ ਇੱਥੋਂ ਐਡਜਸਟਮੈਂਟ ਹੋਣਾ ਸਾਰਾ ਟਰੈਕਟਰ ਦੀ ਕੀ ਠੋਕਰ ਬਣਨੀ ਹੈ ਕੀ ਆਵਾਜ਼ ਬਣਨੀ ਹੈ ਇਹਨੇ ਬਣਾਉਣੀ ਹੈ ਸਾਰੀ ਇਹਨਾਂ ਨੇ ਮੇਨ ਆ ਗਿਆ ਜਿਗਾੜੇ ਲਓ ਜੀ ਟੈਪ ਟੈਪਟਾਂ ਦੀ ਸੈਟਿੰਗ ਟਾਈਮ ਦੀ ਸੈਟਿੰਗ ਚੱਲੀ ਜਾਂਦੀ ਹੈ ਜੀ ਆਹ ਪਿਆ ਪਿਸਟਮ ਅਨਮੋਨੀਅਮ ਪਿਸਟਮਾਂ ਵਾਲਾ ਘੋੜਾ ਇਹਦੇ 4 ਰਿੰਗ ਹੁੰਦੇ ਆ ਕਿ 3 ਰਿੰਗ ਹੁੰਦੇ ਆ ਇਹਦੇ ਤੁਹਾਨੂੰ ਪਿਸਟਮ ਦਿਖਾਉਣਾ ਜੀ ਜੌਂਡੀ ਯਾਰ ਦਾ ਅਤੇ ਮਿਸਤਰੀ ਜੀ ਕਿੰਨੇ MM ਦਾ ਪਿਸਟਮ ਇਹਦਾ 106 MM 5310 ਦਾ 106 MM ਤਕਰੀਬਨ ਸਾਰੇ ਜੌਂਡੀ ਯਾਰਾਂ ਦਾ ਇੱਕੋ ਹੀ ਪਿਸਟਮ ਆ ਇਹ ਨਹੀਂ ਹੈਗਾ ਵੀ ਅੱਡੋ ਅੱਡ ਜਿਵੇਂ ਹੋਰ ਟਰੈਕਟਰਾਂ 'ਚ ਹੁੰਦਾ ਵੀ 104 MM 100 MM 106 MM ਉਹ ਕੰਮ ਨਹੀਂ ਹੈਗਾ ਸਾਰਿਆਂ ਦਾ ਇੱਕੋ ਹੀ ਪਿਸਟਮ ਆ ਅਤੇ ਆਹ ਜਗ੍ਹਾ ਟਰੈਕਟਰ ਸੈੱਟ ਕਰਨ ਵਾਲੀ ਅਤੇ ਜਿਹੜਾ ਇਹਦਾ ਇੰਜਨ ਆ ਇਹ ਕਿਹੜੀ ਕੰਪਨੀ ਦਾ ਗਾ ਆਪਦਾ ਜਿਵੇਂ ਹੋਰਲੈਂਡ 'ਚ ਕਿਹੜੀ ਕੰਪਨੀ ਦਾ
ਇਵਾਕੋ ਇਵਾਕੋ ਦਾ ਇਹਨਾਂ ਦਾ ਆਪਦਾ ਇਹ ਜੌਂਡੀਅਰ ਦਾ ਆਪਦਾ ਇੰਜਨ ਆ ਜੀ ਸਪੈਸ਼ਲ ਜਿਹੜਾ ਇਹਦਾ ਪਿਸਟਮ ਆ ਉਹ ਇਹ ਆ 106 mm ਬੋਰ ਹੁੰਦਾ ਹੈਗਾ ਕਹਿੰਦੇ ਭਾਵੇਂ 54.5 ਲੈ ਲਾ ਅਤੇ ਭਾਵੇਂ ਸਾਰਿਆਂ ਤੋਂ ਛੋਟਾ ਲੈ ਲਓ ਸਾਰਿਆਂ ਦਾ ਇੱਕੋ ਹੀ ਇੰਜਨ ਆ ਸੋਰੀ ਇੱਕੋ ਹੀ ਪਿਸਟਮ ਆ ਅਤੇ ਜਿਹੜਾ ਇਹਦਾ ਜ਼ੋਰ ਦਾ ਫਰਕ ਫਿਰ ਕਿੱਥੋਂ ਪਾਉਂਦੇ ਜੀ ਸੈਟਿੰਗ ਹੋ ਰਹੀ ਆ ਇੱਕ ਸਿੱਧੇ ਦੰਦੀ ਕਰਾ ਦੀ ਇੱਕ ਪੁੱਠੇ ਦੰਦੇ ਦੀ ਹੈ ਇੱਕੋ ਹੀ ਚੀਜ਼ ਆ ਥੋੜੀ ਸੱਤ ਮਾਲ ਟਰੈਕਟਰਾਂ ਕਰਾ ਰਹੀਆਂ ਚੌਂਕ ਦੀਆਂ ਨਾ ਜੌਂਡੀਅਰ ਤਾਂ ਜੌਂਡੀਅਰ ਹੀ ਆ ਫਿਰ ਤੁਹਾਨੂੰ ਅੱਜ ਦਿਖਾ ਰਹੇ ਹਾਂ ਵੀ ਜੌਂਡੀਅਰ ਦਾ ਇੰਜਨ ਖੁੱਲਿਆ ਹੋਇਆ ਹਜੇ ਕਿਸੇ ਜੇ ਪਹਿਲਾਂ ਆ ਜਾਂਦਾ ਇੱਕ ਦਿਨ ਮੈਂ ਸਾਰਾ ਖੁੱਲਿਆ ਦਿਖਾਉਂਦਾ ਤੁਹਾਨੂੰ ਇਹ ਵੀ ਹਾਊਸ ਪਾਈਪ ਪਾੜ ਗਿਆ ਕੰਪੈਨ ਦੇ ਉੱਪਰ ਅਸੀਂ ਦੇਖਿਆ ਹੈ ਨਹੀਂ ਤੇ ਨਹੀਂ ਖੁੱਲਦਾ ਨਹੀਂ ਸੀ ਤੇ ਵੀ ਸੀਜ਼ਨ ਫਿਰ ਉਦੋਂ ਮਰੇ ਇੰਜਨ ਚੀ ਲਵਾ ਗਿਆ ਲਾਸਟ ਜੀ ਤੇ ਆ ਕੇ ਹਾਊਸ ਪਾਈਪ ਪਟ ਗਿਆ ਤੇ ਐਂਡ ਜੀ ਤੇ ਚਲਾ ਲਿਆ ਤੇਲ ਤੂਲ ਕਾਲਾ ਪਾ ਕੇ ਟਾਈਮ ਟਪਾ ਲਿਆ ਹਾਂ ਤੇ ਇਹਦਾ ਖਰਚਾ ਕਿੰਨਾ ਕੁ ਆਉਂਦਾ ਇੰਜਨ ਦਾ ਜੀ 45,000 ਰੁਪਇਆ ਲਗਭਗ ਕੱਲਾ ਸਮਾਨ 45,000 ਦਾ 50-55 ਪੰਪ ਕਰਾਉਣਾ ਤਾਂ 55,000 ਲੱਗੂ ਹੁਣ ਨੋਜ਼ਲ ਬਹੁਤ ਮਹਿੰਗੀ ਅੱਛਾ ਜੀ 15,000 ਦੀ ਇੱਕ ਨੋਜ਼ਲ ਹੈ ਜੀ ਬੱਲੇ 60-65,000 ਰੁਪਏ ਇੰਜਨ 65-70,000 ਚ ਇੰਜਨ ਹੁੰਦਾ 15,000 ਦੀਆਂ ਤਿੰਨੇ ਨੋਜ਼ਲਾਂ ਕਹਿੰਦੇ ਇਹਦੀਆਂ ਇੱਥੇ ਪੈਂਦੀਆਂ ਹੈਗੀਆਂ ਕਹਿੰਦੇ ਇਹਦਾ ਤਾਂ ਨਹੀਂ ਪੰਪ ਕਰਾਇਆ ਜੀ ਅੱਛਾ ਹੋਇਆ ਹੋਇਆ ਸੀ ਪਹਿਲਾਂ ਹਲਦੀਆਂ ਦਿਖਾਉਣਾ ਸੁਣਾ ਮਾੜੀਆਂ ਮਾੜੀਆਂ ਹਲਣਗੀਆਂ ਪਰਸੋਂ ਲਿਆ ਜੀ ਕੋਈ ਗੱਲ ਨਹੀਂ ਤੁਹਾਨੂੰ ਆਹ ਫੋਟ ਦੀ ਵੀ ਦਿਖਾਵਾਂਗੇ ਤੁਹਾਨੂੰ ਇਹ ਫੋਟ ਤਿਆਰ ਕਰੀ ਜਾਂਦੇ ਹਾਂ ਜੀ ਹਜੇ ਇਹਦੀਆਂ ਟੈਸਟ ਕਰਿਆ 10 ਦਿਨ ਬਾਹ ਕੇ ਦੇਖਿਆ ਜ਼ਿਮੀਂਦਾਰ ਨੇ ਅਤੇ ਅੱਜ ਛੱਡ ਕੇ ਗਏ ਆ ਚਾਰੇ ਪਾਸੋਂ ਸੁੱਕਾ ਪਿਆ ਜਮਾਂ ਦੇਖੋ 10 ਦਿਨਾਂ ਛੱਡ ਕੇ ਗਏ ਅੱਜ ਬਾਹ ਬੂਹ ਕੇ ਇਹਨੂੰ ਐਂ ਪੂਰਾ ਸੁੱਕਾ ਇੰਜਨ ਪਿਆ ਚਾਰੇ ਪਾਸੋਂ ਇਹ ਵੀ ਤੁਹਾਨੂੰ ਦਿਖਾਵਾਂਗੇ ਜੀ ਉਹ ਕਹਿੰਦੇ ਨੇ ਨਾ ਝਾੜ 'ਚ ਬਿੱਲਾ ਫਸਿਆ ਪਿਆ ਹੈਗਾ ਇੱਧਰ ਪਾਨਾ ਪਾ ਲੈਂਦਾ ਹੈਗਾ ਉੱਧਰਲੇ ਪਾਸੇ ਵੇਖ ਲੈਂਦਾ ਵੀ ਕੀ ਕੁਛ ਆ ਪਤਾ ਲੱਗੂਗਾ ਅਸੀਂ ਤਾਂ ਜਦੋਂ ਸਟਾਰਟ ਕਰਿਆ ਇਹ ਬਿਨ ਰੇਡੀਏਟਰ ਦੀ ਸਟਾਰਟ ਕਰਨਾ ਕਿਰਾਂ ਹੈਂ ਰੈਡੀ ਕਰਕੇ ਸਟਾਰਟ ਕਰੂੰਗਾ ਆਹ ਕੀ ਚੀਜ਼ ਇੱਧਰ ਸਲਾਈ ਜੀ ਪਈ ਪਈ ਅੱਛਾ ਟਾਈਮਿੰਗ ਦੀ ਪਿੰਨ ਇਹ ਹੁੰਦੀ ਆ ਪੱਕੀ ਇਹਦੇ ਟਾਈਮਿੰਗ ਚੈੱਕ ਕਰਨ ਖਾਤਰ ਐਡਾ ਕੀ ਇੰਜਨ ਆ ਜੌਂਡੀਅਰ ਦਾ ਯਾਰ ਬੁਲਟ ਐਡੇ ਇੰਜਨ ਆ ਸਾਲੇ ਦਾ ਹਨਾ ਪਤਾ ਨਹੀਂ ਕਿੱਥੋਂ ਵਰਸ਼ ਬੋਰ 53 ਸਰ ਆਪਾਂ ਕਹਿੰਦੇ ਵੀ ਪੀ ਟੀ ਤੱਕ ਬਹੁਤ ਤਕੜਾ ਐਡੇ ਇੰਜਨ ਆ ਸਾਰਾ ਲੈ ਕਿੰਨਾ ਕੁ ਤਾਂ ਇੰਜਨ ਇੱਕ ਗਿੱਠ ਇੰਜਨ ਹੀ ਆ ਸਾਰਾ ਆਏ 3600 ਫੁੱਟ ਨੂੰ ਵੀ ਛੋਟਾ ਗਾ ਪਤਾ ਨਹੀਂ ਕਿੱਥੋਂ ਪਾਵਰ ਬਣਾਈ ਆ ਧਰੋ ਗਿਆ ਨੇ ਇਹਦੀ ਇੱਕ ਆਹ ਬੁਰਜਾ ਕੀ ਲੱਗਿਆ ਹੋਇਆ ਜੀ ਮਿਸਤਰੀ ਦੇ ਇਹ ਬ੍ਰੇਕਾਂ ਦਾ ਸਰਬਾ ਲੱਗਿਆ ਹੋਇਆ ਏ ਅੱਛਾ ਹੋਰ ਟਰੈਕਟਰਾਂ ਦੀ ਵੀ ਲੱਗਿਆ ਨਾ ਕਿਸੇ ਕੱਲੇ ਦੀ ਕੱਲੇ ਜੌਂਡੀਅਰ ਦੇ ਲੱਗਣਾ ਬ੍ਰੇਕਾਂ ਦਾ ਸਰਬਾ ਤਾਂ ਹੀ ਇਹਨੇ ਬ੍ਰੇਕਾਂ ਮਝਾਵੇ ਇਹਦੇ ਕਾਰਾਂ ਵਾਂਗੂ ਤਾਂ ਹੀ ਰੁਕਦਾ ਇਹ ਤੁਹਾਨੂੰ ਦਿਖਾਉਂਦੇ ਹਾਂ ਜੀ ਆਹ ਚੀਜ਼ ਮੇਨ ਆ ਜਿਹੜਾ ਸਰਬਾ ਆਪਾਂ ਕਹਿੰਦੇ ਨਾ ਜੌਂਡੀਅਰ ਦਾ ਬ੍ਰੇਕ ਆਹ ਸਰਬਾ ਲੱਗਿਆ ਹੋਇਆ ਇਹ ਹੋਰ ਵੀ ਗੱਡੀਆਂ ਗੁੱਡੀਆਂ ਲੱਗਦਾ ਇਹ ਕਾਰਾਂ ਦੇ ਬ੍ਰੇਕ ਵਾਲ ਪੈਂਦੇ ਇਹਦੇ ਇਹਦੇ ਹੈਡਰੋਕ ਚੱਲਦਾ ਨਾਲ ਇਹਦੇ ਉਹ ਲਿਫਟਾਂ ਤੇਲ ਹੀ ਚੱਲਦਾ ਬਾਕੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਗਾਂਹਲੀ ਵੀਡੀਓ ਚ ਆ ਫੋਟੋ ਬਾਰੇ ਲਓ ਜੀ ਚੱਲੀ ਜਾਂਦਾ ਕੰਮ ਉੱਧਰ ਨਿਸ਼ਾਨ ਲਾਇਆ ਹੁਣ ਇੱਧਰ ਘੁਮਾ ਕੇ ਦੇਖਣਗੇ ਵੀ ਕਿੱਦਾਂ ਕੀ ਸੈਟਿੰਗ ਆ ਹੋਰ ਤਾਂ ਹੋਰ ਯਾਰ ਜੌਂਡੀਅਰ ਸੀਸੇ ਵਾਂਗੂ ਚੌਂਕਦਾ ਅੰਦਰੋਂ ਹਾਂ ਚੌਂਕਣ ਲਾਇਆ ਵੀ ਆ ਪਰ ਗਰਾਰੀਆਂ ਗਰੂਰੀਆਂ ਲਾਈਆਂ ਮੈਂ ਨਵੀਆਂ ਪਈਆਂ ਹੁੰਦੀਆਂ ਸਾਰੀਆਂ
बिलकुल बिलकुल सही जमा बिलकुल रह रही है जी। ओके हो गया काम। देखो टैप इन्हें नहीं आवाज बनानी टैप इतनी मारता हवा जरा इतनी मारता फैशन फैशन स्टॉक अच्छा फायर करो इतने स्टार्ट हो गए फायर करू है ये चीजा तकनीक वाली सोचा ने आप नाम नहीं इधर शुरू हो गया इधर खासे वे काम होंगे आप कह दें ट्रैक्टर आए हैं फलाना उत्तर दस दें अंदर चीजा बहुत जाननी जरूरी होंगे आप ठीक है ना जी कंपनी ने कोई निशानी कोई नहीं टाइम टूम सारा सैट करना पड़ेगा धक्के खाने पर बंदा हौली हौली हो जाता है ਜੌਂਡੀਆ ਦਾ ਇੰਜਨ ਖੁੱਲਦਾ ਨਹੀਂ ਸੀ ਰੇਤਾ ਖਿਚਾਇਆ ਗਿਆ ਹੌਸਪਿਟਲ ਪਾਰਟੀ ਦੇ ਅੰਦਰਲੇ ਪਾਸੋਂ ਉੱਤੇ ਲੱਗਿਆ ਹੋਇਆ ਸੀ ਬੋਰਡ ਅਤੇ ਉਹਦਾ ਕਰਕੇ ਜੌਂਡੀਆ ਦਾ ਕੰਪਨੀ ਦੇ ਆਪਦੀ ਭੋਗ ਸੀ ਵੀ ਹਾਂ ਵੀ ਜਾਣਕਾਰ ਮਕੈਨਿਕ ਬੰਨੇ ਊਂ ਜਗਾਡਾ ਨਾ ਕਰਦੇ ਕੋਈ ਕੱਲ੍ਹ ਨੂੰ ਵੀ ਬੇਇੱਜ਼ਤੀ ਕਰੀ ਉਹਦੇ ਇਸ ਕਰਕੇ ਜਾਣਕਾਰ ਨੂੰ ਬੁਲਾਊਗਾ ਅਤੇ ਗੇਅਰ ਕਿਹੜੀ ਕੰਪਨੀ ਦਾ इंजन खोलियो बना ली भी आम ਜੌਂਡੀਆ ਦਾ इंजन कभी नहीं मरता बहुत लंबी लाइफ अजे आप गर्जियां करा फिर मरता है ठीक है ना बाकी मिस्त्री ने सब कुछ समझाया हो बाकी मिस्त्री का नंबर पावे किसी ने कम करना हो कोई भी प्रकार रैक्टर आज तक कर सकते।